ਵਾਲੇਕਮ ਜੀ, ਕੀ ਹਾਲ ਚਾਲ ਹੈ? ਸਾਰਿਆਂ ਦਾ ਠੀਕ ਠਾਕ ਨੇ ਮੇਰੇ ਪਿਆਰੇ ਦੋਸਤੋ, ਪਿਆਰੇ ਭਾਈਓ। 4-5 ਦਿਨ ਬਾਅਦ ਆਈ ਥਿੰਕ ਵਲੌਗ ਆ ਰਿਹਾ ਹੈ, ਔਰ ਇਹ ਵਲੌਗ ਹੈ ਡ੍ਰਮ ਵੱਜ ਰਹੇ ਨੇ ਪਿੱਛੇ ਕਿ ਨਹੀਂ ਪਤਾ ਨਹੀਂ, ਮੈਨੂੰ ਸਾਊਂਡ ਲਾਉਣਾ ਨਹੀਂ ਆਉਂਦਾ, ਮੈਂ ਲਾ ਲਵਾਂਗਾ। ਅੱਜ ਅਲਹਮਦੁਲਿਲਾ 3000 ਸਬਸਕ੍ਰਾਈਬਰਸ ਯੂਟਿਊਬ ਫੈਮਿਲੀ ਕੇ ਹੋ ਗਏ ਹੈ ਹਮਾਰੇ, ਔਰ ਫੁੱਲ ਗਰਮੀ ਹੈ ਅੱਜ, ਮਾਸ਼ਾਅੱਲਾ ਦਿਨ ਵੀ ਬੜਾ ਮੁਬਾਰਕ ਹੈ। ਜੁਮੇ ਦਾ ਦਿਨ ਹੈ, ਹੱਜ ਦਾ ਮੰਥ ਜਾ ਰਿਹਾ ਅਲਹਮਦੁਲਿਲਾ, ਅਤੇ 3000 ਸਬਸਕ੍ਰਾਈਬਰ ਹੋ ਗਏ ਨੇ, ਅਤੇ ਸਬਸਕ੍ਰਾਈਬਰ ਦੇ ਵਾਸਤੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਥੈਂਕ ਯੂ ਵੈਰੀ ਮੱਚ ਭਾਈ ਜਾਨ, ਸਭ ਕਾ, ਫੈਮਿਲੀ ਮੈਂਬਰਸ ਕਾ, ਬਜ਼ੁਰਗੋਂ ਕਾ, ਬੱਚੋਂ ਕਾ, ਬਾਜੀਓਂ ਕਾ, ਭਾਬੀਓਂ ਕਾ, ਨਾਨੀਓਂ ਕਾ, ਦਾਦੀਓਂ ਕਾ, ਔਰ ਵਾਸ਼ ਟਾਈਮ ਜ਼ਰਾ ਫਸਿਆ ਹੋਇਆ ਉਹ ਵੀ ਕਰਾਓ, ਅਤੇ 3000 ਤੋਂ ਜ਼ਰਾ ਛਾਲ ਮਰਵਾ ਕੇ 10000 ਲੈ ਕੇ ਜਾਓ ਜ਼ਰਾ ਜਲਦੀ ਤੋਂ ਜਲਦੀ। ਜ਼ਰਾ ਕੰਮ ਬਹੁਤ ਸਲੋਅ ਹੋ ਰਿਹਾ ਤੁਹਾਡੀ ਸਲੋਅ ਮੁਹੱਬਤ ਦੀ ਵਜ੍ਹਾ ਤੋਂ ਮੇਰੇ ਬਲੌਗਿੰਗ ਵੀ ਸਲੋਅ ਹੋ ਗਈ। ਐਨੀ ਹਾਓ ਬੈਠਾ ਆਇਆ ਸੀ, ਕਿਸੇ ਨੇ ਕਿਹਾ ਜੀ ਕਿ ਜੀ ਤੁਹਾਡਾ 3000 ਪੂਰਾ ਹੋ ਗਿਆ, ਮੈਂ ਚੈੱਕ ਕੀਤਾ, ਮੈਂ ਕਿਹਾ ਹਾਂ, ਕਹਿੰਦੀ ਸਰਪ੍ਰਾਈਜ਼ ਆਇਆ ਤਾਂ, ਮੈਂ ਕਿਹਾ ਕੀ ਸਰਪ੍ਰਾਈਜ਼ ਆਇਆ? ਤੁਰੰਤ ਮਾਸ਼ਾਅੱਲਾ ਜੀ ਜਨਾਬ, ਇਕਲੇਰ ਦਾ ਫੜਕਦਾ ਆਇਆ ਕੇਕ, ਓਏ ਹੋਏ ਹੋਏ ਹੋਏ। ਅਤੇ ਮੈਂ ਕਿਹਾ ਕੇਕ ਆਇਆ, ਉਹਨਾਂ ਨੇ ਕਿਹਾ ਜੀ ਆਪਣੀ ਵੀਡੀਓ 'ਚ ਖੋਲ੍ਹਣਾ, ਉਸ ਤਰ੍ਹਾਂ ਨਹੀਂ ਖੋਲ੍ਹਣਾ, ਸਰਪ੍ਰਾਈਜ਼ ਹੈ, ਸਰਪ੍ਰਾਈਜ਼ ਖੋਲ੍ਹੋ ਆਪਣੀ ਫੈਮਿਲੀ ਦੇ ਨਾਲ। ਅਤੇ ਮੈਂ ਕਿਹਾ ਵਾਈ ਨਾਟ ਸਰ, ਬਾਈ ਨਾ ਕਰਨਾ, ਪਸੀਨਾ ਆ ਰਿਹਾ, ਪੱਖਾ ਬੰਦ ਕੀਤਾ ਹੋਵੇ ਕਿ ਸਾਊਂਡ ਦਾ ਕੋਈ ਮਸਲਾ ਬਣਦਾ, ਮਾਈਕ ਨੂੰ ਨਾ ਕੋਈ ਇਸ਼ੂਜ਼ ਹੁੰਦਾ ਨੇ, ਅਤੇ ਪਾਣੀ 'ਚ ਹੋ ਰਿਹਾ ਤਾਂ ਜਲਦੀ ਜਲਦੀ ਕਰ ਲਈਏ ਇਸ ਤੋਂ ਪਹਿਲੇ ਕਿ ਮੈਂ ਖੁਰ ਜਾਵਾਂ ਇੱਥੇ ਹੀ, ਸਮਝ ਰਹੇ ਹੋ ਨਾ? ਤੁਸੀਂ ਬਿਸਮਿਲਲਾ ਕਰਨੇ ਆ ਜੀ, ਮਾਸ਼ਾਅੱਲਾ ਜੀ। ਕੇਕ ਦਾ ਡੱਬਾ ਤਾਂ ਚੰਗਾ ਹੀ ਬਈ, ਲਓ ਜੀ ਲੇਅਰਸ ਦਾ ਕੇਕ ਹੈ ਜੀ। ਨਥਿੰਗ ਇਜ਼ ਸਵੀਟਰ ਦੈਨ ਯੂ ਬਟ ਦਿਸ ਕਮਸ ਕਲੋਜ਼, ਓਏ ਹੋਏ, ਵੈਰੀ ਗੁੱਡ ਕੋਟ। ਅੱਛਾ ਜੀ, ਲਓ ਜੀ ਦੋਸਤੋ, ਕਿੱਥੋਂ ਖੋਲ੍ਹਣਾ ਨੇ, ਲਓ ਜੀ ਇੱਦਾਂ ਹੀ ਖੋਲ੍ਹਣੇ ਆ। ਬਿਸਮਿਲਲਾ ਰਹਿਮਾਨ ਰਹੀਮ, ਖੁਦ ਇਹ ਕੀ ਹੈ, ਹਜ਼ਰਾਤ ਕੇਕ ਖੁੱਲ੍ਹਣ ਦਾ ਟਾਈਮ ਹੋ ਗਿਆ ਜੀ, ਜਲਦੀ ਜਲਦੀ ਆਓ ਅਤੇ ਆਪਣਾ ਕੇਕ ਖੋਲ੍ਹ ਲਓ। ਅੱਛਾ ਜੀ, ਕੇਕ ਇਹਦੇ ਅੰਦਰ ਹੈ, ਇਹ ਕੀ ਹੈ, ਮੈਂ ਮਤਲਬ ਕੀ ਹੈ, ਇਹ ਨਿਕਲੇਗਾ ਕਿਸ ਤਰ੍ਹਾਂ, ਇਹ ਕਿੱਥੇ ਫਸਾਤਾ ਯਾਰ? ਇੱਕ ਕੈਮਰਾਮੈਨ ਫੋਕਸ ਕਰੀ, ਥੈਂਕ ਯੂ ਵੈਰੀ ਮੱਚ ਜਿੰਨੇ ਵੀ ਇਹ ਕੇਕ ਮੈਨੂੰ ਦਿੱਤਾ, ਥੈਂਕ ਯੂ। ਅੱਛਾ ਜੀ, ਇਹ ਡੱਬਾ ਹੈ, ਡੱਬਾ ਵੇਖਣਾ ਜੀ, 1, 2, 3 ਮੈਜਿਕ ਗੈਪ ਹੋ ਗਿਆ। ਅੱਛਾ ਜੀ, ਇਹ ਕੀ ਹੈ, ਇਹ ਜੋ ਕੇਕ ਕੱਢਣਾ, ਇਹ ਕੇਕ ਕੇਕ ਖੜਕਦਾ ਕਿਉਂ ਪਿਆ ਹੈ, ਇਹ ਕੀ ਹੋ ਕੀ ਰਿਹਾ? ਚਲੋ ਐਨੀ ਹਾਓ, ਲਓ ਜੀ ਬਿਸਮਿਲਲਾ ਰਹਿਮਾਨ ਰਹੀਮ, ਕੈਮਰਾਮੈਨ ਲੈ ਬਈ, ਕੇਕ ਫੜਕਦਾ ਆ 3000 ਵਾਲਾ, ਓਏ ਹੋ, 1, 2 ਹੈ ਆ ਕੀ ਹੈ, ਕੇਕ 3000 ਸਬਸਕ੍ਰਾਈਬਰ ਯੂਟਿਊਬ, ਓ ਯਾਰ ਭਰਾ, ਓਹੋ ਲਓ ਜੀ, ਅੱਛਾ ਸੀ ਲਾ ਦਿਆ ਤੂਨੇ ਮੇਰੇ ਪਿਆਰ ਕਾ, ਯਾਰ ਨੇ ਕੇਕ ਕੀ ਜਗ੍ਹਾ ਦੇ ਦਿਆ ਕੁਕੀ ਸਬਸਕ੍ਰਾਈਬ ਕਾ, ਐਨੀ ਹਾਓ ਜੋ ਵੀ ਹੈ ਦੈਟਸ ਗੁੱਡ,
दैट्स फैंटास्टिक बॉयज डिड वेल सरप्राइज इज गुड ये देखो ना जी गल है वे कैमरा थोड़ा जा गल है वे जी ਇਹ ਵੇਖੋ ਅਤੇ ਇਹ ਵੇਖੋ ਕੇਕ ਕੀ ਹੈ ਕੇਕ ਜਸਟ ਏ ਕੇਕ ਇਸ ਫੀਲਿੰਗਸ ਵਟ ਇਸ ਦਿਸ ਐਨੀ ਹਾਓ ਇਹ 3,000 ਇਹਨੂੰ 10,000 ਕਰੋ ਅਤੇ ਕੇਕ ਵੀ ਆ ਜਾਏਗਾ ਆਈ ਹੋਪ ਹੋਪਫੁਲੀ ਖੜਕਦਾ ਹੋਇਆ ਡੱਬਾ ਯਾਰ ਵੈਸੇ ਬੜਾ ਵੱਡਾ ਹੱਥ ਹੋਇਆ ਐਨੀ ਹਾਓ ਵੇਖ ਲਵਾਂਗੇ ਅਸੀਂ ਜਿੰਨੇ ਵੀ ਸਾਡੇ ਨਾਲ ਕੀਤਾ ਪ੍ਰੈਂਕ ਇਜ਼ ਵੱਡਾ ਪ੍ਰੈਂਕ ਯੂ ਨੋ ਅਤੇ ਬਿਸਮਿਲਾ ਕਰਦੇ ਹਾਂ ਚੈੱਕ ਕਰਦੇ ਹਾਂ ਔਰ ਜਾਂਦੇ ਜਾਂਦੇ ਦੁਆਵਾਂ ਯਾਦ ਰੱਖੋ ਅਲਹਮਦੁਲਿਲਾ ਅਲਹਮਦੁਲਿਲਾ ਇੱਕ ਛੋਟਾ ਜਿਹਾ ਮੈਸੇਜ ਹੈ ਭਰਾਵਾਂ ਨੂੰ ਭਰਾ ਮੈਸੇਜ ਆਇਆ ਵੀ ਤਾਂ ਥੋੜ੍ਹਾ ਜਿਹਾ ਸੀਰੀਅਸ ਮੈਸੇਜ ਹੈ ਕਿ ਜੀ ਈਦ ਦੇ ਦਿਨ ਨੇ ਅਤੇ ਮਾਸ਼ਾਅੱਲਾ ਮਾਸ਼ਾਅੱਲਾ ਤੁਸੀਂ ਸਾਰੇ ਭਰਾਵਾਂ ਨੇ ਜਿਹੜੇ ਜਿਹੜੇ ਅਲਹਮਦੁਲਿਲਾ ਅੱਲਾਹ ਨੇ ਜਿਨ੍ਹਾਂ ਨੂੰ ਹਿੰਮਤ ਦਿੱਤੀ ਉਹ ਕੁਰਬਾਨੀ ਕਰ ਸਕਦੇ ਨੇ ਉਹ ਕੁਰਬਾਨੀ ਕਰ ਰਹੇ ਨੇ ਅਤੇ ਬਰਾਏ ਮਿਹਰਬਾਨੀ ਆਪਣੇ ਪੜੋਸੀਆਂ ਦਾ ਅਤੇ ਆਪਣੇ ਜਿਹੜੇ ਰਿਸ਼ਤੇਦਾਰਾਂ ਦਾ ਜਿਨ੍ਹਾਂ ਨੇ ਕੁਰਬਾਨੀ ਨਹੀਂ ਕੀਤੀ ਉਹਨਾਂ ਦਾ ਖਿਆਲ ਰੱਖਣਾ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਤੁਹਾਨੂੰ ਗੋਸ਼ਤ ਭੇਜਣ ਦੀ ਲੋੜ ਕੋਈ ਨਾ ਅਤੇ ਜਿਨ੍ਹਾਂ ਨੇ ਨਹੀਂ ਕੀਤੀ ਸਭ ਤੋਂ ਪਹਿਲੇ ਉਹਨਾਂ ਨੂੰ ਦੇਖੋ ਆਪਣੇ ਸੱਜੇ ਖੱਬੇ ਦੇਖੋ ਆਪਣੇ ਇੰਪਲਾਈਜ਼ ਨੂੰ ਦੇਖੋ ਆਪਣੇ ਜਿਨ੍ਹਾਂ ਜਿਹੜੇ ਵੀ ਨੇ ਐਨੀ ਹਾਓ ਜਿਹੜੇ ਲੋਕ ਵੀ ਨੇ ਤੁਹਾਡੇ ਤੁਹਾਡੇ ਜਾਣਨ ਵਾਲੇ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਜਿਨ੍ਹਾਂ ਨੇ ਕੁਰਬਾਨੀ ਨਹੀਂ ਕੀਤੀ ਉਹਨਾਂ ਨੂੰ ਬਰਾਏ ਮਿਹਰਬਾਨੀ ਉਹਨਾਂ ਦੇ ਹਿਸਾਬ ਭੇਜੋ ਗੋਸ਼ ਦਾ ਹਿੱਸਾ ਭੇਜੋ ਬੀਫ ਭੇਜ ਦਿਓ ਕੁਛ ਵੀ ਭੇਜਣਾ ਭੇਜ ਦਿਓ ਭੇਜੋ ਤਾਂ ਕਿ ਇਹਦੇ ਨਾਲ ਮੁਹੱਬਤਾਂ ਵੱਧਦੀਆਂ ਨੇ ਨਾਲੇ ਅੱਲਾ ਮੀਆਂ ਜਜ਼ਾ ਦਿੰਦਾ ਵੇ ਨਾਲੇ ਤੁਸੀਂ ਕੁਰਬਾਨੀ ਅੱਲਾ ਦੇ ਵਾਸਤੇ ਕਰ ਰਹੇ ਹੁੰਦੇ ਹੋ ਅਤੇ ਅੱਲਾ ਦਾ ਹੁਕਮ ਹੈ ਅਲਹਮਦੁਲਿਲਾ ਇਨਸ਼ਾਅੱਲਾ ਤਾਲਾ ਈਦ ਦੀ ਨਮਾਜ਼ ਦੇ ਉੱਤੇ ਲਾਈਵ ਤੁਹਾਡਾ ਭਰਾ ਕੋਸ਼ਿਸ਼ ਕਰੇਗਾ ਟੈਲੀਕਾਸਟ ਕਰਨ ਦੀ ਅਤੇ ਦੁਆਵਾਂ ਯਾਦ ਰੱਖੋ ਇਸੇ ਤਰ੍ਹਾਂ ਹੀ ਸਫ਼ਰ ਚੱਲਦਾ ਰਹੇਗਾ ਯੂੰ ਹੀ ਕੱਟ ਜਾਏਗਾ ਸਫ਼ਰ ਸਾਥ ਚੱਲਨੇ ਸੇ YouTube का चैनल सब्सक्राइब वो हो जाएगा मोनेटाइज ऐसा ऐसा भरने से लो जी बिस्मिल्ला मैं ਤੁਹਾਡਾ ਹੋਸਟ ਮੁਸਤਫਾ ਡਾਰ ਕਿੰਗ ਮੈਕ 786 ਮੇਰੇ YouTube ਦੀ ID 3,000 ਮੇਰੇ ਸਬਸਕ੍ਰਾਈਬਰਸ ਹੋ ਗਏ ਨੇ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹੋ ਤੇ ਮਿਲਦੇ ਆ ਨੈਕਸਟ ਬਲੌਗ ਦੇ ਓਕਾ ਫਿਰ